ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੂਰੀ ਦੁਨੀਆ ਭਾਰਤ ਨਾਲ ਚਾਹੁੰਦੀ ਹੈ ਵਪਾਰਕ ਸੌਦਾ ਜਲਦੀ ਹੋਵੇਗਾ ਰੁਪਏ ਦੇ ਵਿੱਚ ਅੰਤਰਰਾਸ਼ਟਰੀ ਵਪਾਰ ਵਣਜਤ ਦੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਜਲਦੀ ਹੀ ਰੁਪਏ ਦੇ ਵਿੱਚ ਅੰਤਰਰਾਸ਼ਟਰੀ ਵਪਾਰ ਸੰਭਵ ਹੋਏਗਾ ਇਸ ਦਿੱਲੀ ਰਿਜ਼ਰਵ ਬੈਂਕ ਕਈ ਦੇਸ਼ਾਂ ਦੇ ਬੈਂਕਾਂ ਨਾਲ ਸਿੱਧੀ ਗੱਲਬਾਤ ਕਰ ਰਿਹਾ ਵਣਜਤ ਦੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਮੀਤ ਜਤਾਈ ਕਿ ਕਾਰੋਬਾਰੀ ਛੇਤੀ ਹੀ ਵਿਦੇਸ਼ੀਆਂ ਨਾਲ ਰੁਪਏ ਦੇ ਵਿੱਚ ਵਪਾਰ ਤੈਅ ਕਰ ਲੈਣਗੇ ਉਹਨਾਂ ਨੇ ਕਿਹਾ ਕਿ ਕਈ ਦੇਸ਼ਾਂ ਦੇ ਬੈਂਕ ਭਾਰਤੀ ਬੈਂਕਾਂ ਨਾਲ ਵਿਸ਼ੇਸ਼ ਵਿਅਲਸ ਟ੍ਰੋ ਅਕਾਊਂਟ ਖੋਲ ਰਹਿਣੇ ਆਰਬੀਆਈ ਨੇ ਯੂਕੇ ਸਿੰਗਾਪੁਰ ਨਿਊਜ਼ੀਲੈਂਡ ਸਮੇਤ 18 ਦੇਸ਼ਾਂ ਦੇ ਸਬੰਧਤ ਬੈਂਕਾਂ ਨਾਲ ਵਿਸ਼ੇਸ਼ ਰੁਪਇਆ ਵਾਸਟਰੋ ਅਕਾਊਂਟਸ ਖੋਲਣ ਦੇ ਲਈ 60 ਬੇਨਤੀਆਂ ਨੂੰ ਮਨਜ਼ੂਰੀ ਦਿੱਤੀ ਹੈ ਪੂਰੀ ਦੁਨੀਆ ਨਾਲ ਭਾਰਤ ਨਾਲ ਚੌਂਦੀ ਹੈ ਵਪਾਰਕ ਸਮਝੌਤਾ ਟਾਸਕ ਫੋਰਸ ਦਾ ਹੋਵੇਗਾ ਗਠਨ ਅਮਰਤਪਾਲ ਦੀ ਗ੍ਰਿਫਤਾਰੀ ਅਸੀਂ ਪੁਲਿਸ ਦਾ ਕੇਰਾ ਨਹੀਂ ਦੇਖਿਆ ਚਾਰ ਪੰਜ ਗੱਡੀਆਂ ਹੀ ਦੇਖੀਆਂ ਪਿੰਡ ਰੋਡੇ ਤੋਂ ਗਰਾਊਂਡ ਰਿਪੋਰਟ ਪਿੰਡ ਦੇ ਪੰਚਾਇਤ ਮੈਂਬਰ ਮਹਿੰਦਰ ਸਿੰਘ ਨੇ ਦੱਸਿਆ ਕਿ ਅਮਰਤਪਾਲ ਦੀ ਗ੍ਰਿਫਤਾਰੀ ਬਾਰੇ ਗੁਰਦੁਆਰਾ ਸਾਹਿਬ ਦੇ ਨੇੜੇ ਰਹਿਣ ਵਾਲੇ ਜਾਂ ਨਾਲ ਦੇ ਕਿਸੇ ਕਾਨੂੰਨੀ ਪਤਾ ਲੱਗਾ ਵਾਰਸ ਪੰਜਾਬ ਦੇ ਦੇ ਜਥੇਬੰਦ ਦੀ ਆਗੂ ਅਮਰਤਪਾਲ ਸਿੰਘ ਨੂੰ ਪੰਜਾਬ ਪੁਲਿਸ ਅਤੇ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਇੱਕ ਸਾਂਝੀ ਸਮਜੀਤ ਟੀਮ ਨੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਹੈ ਪਿੰਡ ਰੋਡੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਜੱਦੀ ਪਿੰਡ ਹੈ ਤੇ ਐਤਵਾਰ ਨੂੰ ਸਵੇਰੇ 8 ਵਜੇ ਦੇ ਕਰੀਬ ਰੋਡੇ ਪਿੰਡ ਪਹੁੰਚਦਾ ਮਾਹੌਲ ਆ ਮੰਗ ਸੀ ਕੁਝ ਲੋਕ ਪਿੰਡ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਕਣਕ ਦੀ ਕਟਾਈ ਕਰ ਰਹੇ ਸਨ 10000 ਦੀ ਆਬਾਦੀ ਵਾਲੇ ਪਿੰਡ ਦੇ ਵਿੱਚ ਅੰਮ੍ਰਿਤਪਾਲ ਨੂੰ 29 ਦਸੰਬਰ ਨੂੰ ਦਸਤਾਰਬੰਦੀ ਕੀਤੀ ਗਈ ਸੀ ਭਾਵੇਂ ਪੰਜਾਬ ਪੁਲਿਸ ਨੇ ਦਾਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪਿੰਡ ਰੋਡੇ ਦੀ ਜ਼ਬਰਦਸਤ ਘੇਰਾਬੰਦੀ ਕੀਤੀ ਗਈ ਪਰ ਪਿੰਡ ਦੇ ਲੋਕ ਇਸ ਗੱਲ ਤੋਂ ਅਣਜਾਣ ਨਜ਼ਰ ਆਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਿਰਫ ਚਾਰ ਪੰਜ ਗੱਡੀਆਂ ਹੀ ਵੇਖੀਆਂ ਗਈਆਂ ਹਨ ਪੰਜਾਬ ਦੇ ਵਿੱਚ ਗ੍ਰਿਫਤਾਰੀ ਡਿਬੜੂਗਲ ਜੇਲ੍ਹ ਚੋਂ ਸ਼ਿਫਟ ਸੀਐਮ ਮਾਨ ਨੇ ਦੱਸਿਆ ਪਹਿਲਾਂ ਕਿਉਂ ਨਹੀਂ ਫੜਿਆ ਅਮਰਤਪਾਲ ਬਾਰੇ 10 ਵੱਡੇ ਅਪਡੇਟਸ ਖਾਲਸਤਾਨੀ ਸਮਰਥਕ ਅਮਰਤਪਾਲ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਪੁਲਿਸ ਨੂੰ 36 ਦਿਨਾਂ ਬਾਅਦ ਸਫਲਤਾ ਮਿਲੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਮਰਤਪਾਲ ਦੀ ਪਹਿਲਾਂ ਹੀ ਗ੍ਰਿਫਤਾਰੀ ਹੋ ਜਾਂਦੀ ਤਾਂ ਪਰ ਉਹ ਖੂਨ ਖਰਾਬਾ ਨਹੀਂ ਚਾਹੁੰਦੇ ਸਨ ਮੋਗਾ ਦੇ ਪਿੰਡ ਰੋਡੇ ਵਾਲਾ ਤੋਂ ਇੱਕ ਖਾਲਿਸਤਾਨੀ ਸਮਰਥਕ ਗ੍ਰਿਫਤਾਰ ਕੀਤਾ ਗਿਆ ਤੇ ਇਸਾਮ ਦੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪੰਜਾਬ ਵਿੱਚ ਖਾਲਿਸਤਾਨ ਸ਼ਬਦ ਪਿਛਲੇ 3 ਦਹਾਕਿਆਂ ਤੋਂ ਕਦੇ-ਕਦੇ ਸੁਣਨ ਨੂੰ ਮਿਲਦਾ ਸੀ ਹਾਲਾਂਕਿ 70 80ਵੇਂ ਦੇ ਦਹਾਕਿਆਂ ਤੋਂ ਪੰਜਾਬ ਸੜ ਰਿਹਾ ਸੀ ਪਿਛਲੇ 3 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਉਹੀ ਮਾਹੌਲ ਹੈ ਸਿਰਜਾ ਜਾ ਰਿਹਾ ਸੀ ਖਾਲਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਦੇਮੂਖੀ ਬਹੁਤ ਚਲਾਕ ਸੀ ਉਹ ਆਪਣੀ ਗ੍ਰਿਫਤਾਰੀ ਨੂੰ ਵੀ ਪੂਰੇ ਡਰਾਮੇ ਦੇ ਵਿੱਚ ਬਦਲਣਾ ਚਾਹੁੰਦਾ ਸੀ ਤਾਂ ਜੋ ਉਹ ਰੋਸ ਮਜਾਰੇ ਹੋ ਸਕੇ ਇਸ ਲਈ ਤਿਆਰੀ ਵੀ ਕਰ ਲਈ ਗਈ ਸੀ ਪਰ ਅੱਜ ਇਹ ਹਾਰ ਨਹੀਂ ਹੋ ਸਕਿਆ ਕਿਉਂਕਿ ਪੁਲਿਸ ਨੇ ਉਸ ਨੂੰ ਚਾਰ ਪਾਸੇ ਤੋਂ ਘੇਰ ਲਿਆ ਸੀ ਅਗਲੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੁੱਖ ਮੰਤ ਮੁਕਤਾਰ ਅंसारी ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਿਰੇ ਸੀਐਮ ਭਗਵੰਤ ਮਾਨ ਅਕਾਲੀ ਦਲ ਨੇ ਲਾਇਆ ਮਾਫੀਆ ਨੂੰ ਬਚਾਉਣ ਦਾ ਇਲਜ਼ਾਮ ਬਾਹੁਬਲੀ ਮੁਖਤਾਰ ਅंसारी ਨੂੰ ਲੈ ਕੇ ਵੱਡੀ ਸਿਆਸਤ ਪੰਜਾਬ ਦੇ ਵਿੱਚ ਗਰਮਾ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੂਪੀ ਦੇ ਬਾਹੁਬਲੀ ਮੁਖਤਾਰ ਅंसारी ਵੱਲੋਂ ਪਿਛਲੀ ਕਾਂਗਰਸ ਸਰਕਾਰ ਦੇ ਵਕੀਲਾਂ ਦੀ 55 ਲੱਖ ਰੁਪਏ ਦੀ ਫੀਸ ਲੈਣ ਤੋਂ ਇਨਕਾਰ ਕਰਨ ਤੇ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀਆਂ ਨਾਲ ਇਸ ਦਾ ਮੁਆਵਜ਼ਾ ਲੈਣ ਤੋਂ ਇਨਕਾਰ ਕਰਨ ਤੇ ਵਿਰੋਧੀਆਂ ਵੱਲੋਂ ਲੋਚਨਾ ਕੀਤੀ ਗਈ ਡਾਕਟਰ ਦੋਲਜੀਤ ਸੀਮਾ ਨੇ ਉਲਟਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲੈ ਇਸ ਮਾਮਲੇ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲਿਆ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਾਂਗਰਸ ਦੇ ਪਿਛਲੇ ਰਾਜ ਦੌਰਾਨ ਮੁਖਤਾਰ ਅंसारी ਨੂੰ ਪੰਜਾਬ ਤੋਂ ਦਿੱਤੀ ਪਨਾਹ ਦੇ ਪਿੱਛੇ ਦੀ ਅਪਰਾਧਿਕ ਸਾਜ਼ਿਸ਼ ਤੇ ਚੁੱਪ ਹਨ ਉਹਨਾਂ ਨੇ ਦੋਸ਼ ਲਾਇਆ ਕਿ ਯੂਪੀ ਵਿੱਚ ਮੁਖਤਾਰ ਅंसारी ਖਿਲਾਫ ਦਰਜ ਕਈ ਕੇਸਾਂ ਵਿੱਚ ਇੱਕ ਸੂਬਾ ਸਰਕਾਰ ਨੇ ਦੂਜੇ ਦੇ ਹਿੱਤਾਂ ਖਿਲਾਫ ਕੰਮ ਕੀਤਾ ਤੇ ਨਿਆਂ ਵਿੱਚ ਦੇਰੀ ਕੀਤੀ ਉਹਨਾਂ ਨੇ ਕਿਹਾ ਕਿ ਇਸ ਦੇ ਮੁਕਾਬਲੇ 55 ਲੱਖ ਰੁਪਏ ਦੀ ਵਸੂਲੀ ਬਹੁਤ ਛੋਟੀ ਹੈ ਅਮਰਤਪਾਲ ਨੇ ਸੰਤ ਪਿੰਡਰਾਂ ਵਾਲੇ ਦੇ ਭਤੀਜੇ ਨਾਲ ਰਾਤ 12:30 ਵਜੇ ਕੀਤੀ ਸੀ ਗੱਲਬਾਤ ਜਸਵੀਰ ਰੋਡੇ ਨੇ ਦੱਸਿਆ ਕਿ ਗ੍ਰਫਤਾਰੀ ਦੇਣ ਬਾਰੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਦਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 17 April ਨੂੰ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਿੱਖ ਕੌਮ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਨਜਾਇਜ਼ ਝੂਠੇ ਪਰਚੇ ਦਰਜ ਕਰਨ ਦੇ ਜੇਲ੍ਹ ਭੇਜੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਸਾਹਿਬ ਕਾ ਜਥੇਦਾਰ ਸ਼੍ਰੀ ਕਲਤਖ ਸਾਹਿਬ ਦੀ ਅਗਵਾਈ ਹੇਠ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਭ ਕਮੇਟੀ ਗਠਿਤ ਕੀਤੀ ਸੀ ਜਸਵੀਰ ਰੋਡੇ ਮੋਗਾ ਜ਼ਿਲ੍ਹੇ ਦੇ ਨਾਲ ਤਲਲਕ ਰੱਖਦੇ ਹਨ ਤੇ ਸੰਤ ਚਰਨ ਸਿੰਘ ਪ੍ਰਿੰਟਰਾਂ ਵਾਲਿਆਂ ਦੇ ਭਤੀਜੇ ਹਨ ਸੂਤਰਾਂ ਮੁਤਾਬਕ ਉਸ ਸਮੇਂ ਤੋਂ ਗਿਆਨੀ ਜਸਵੀਰ ਸਿੰਘ ਰੋਡੇ ਇਸ ਮਾਮਲੇ ਨਾਲ ਸੰਬੰਧਿਤ ਪਰਿਵਾਰਾਂ ਦੇ ਨਾਲ ਸੰਪਰਕ ਵਿੱਚ ਸਨ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਆਤਮ ਸਮਰਪਣ ਨੂੰ ਬਿਨਾਂ ਕਿਸੇ ਵਾਦ ਵਿਵਾਦ ਤੋਂ ਪਿੰਡ ਰੋਡੇ ਤੋਂ ਹੋਣਾ ਗਿਆਨੀ ਜਸਵੀਰ ਸਿੰਘ ਰੋਡੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸਮੂਲੀਅਤ ਕਰਵਾਉਣੀ ਵੀ ਕਈ ਸਵਾਲ ਖੜੇ ਕਰ ਰਹੀ ਹੈ ਅਮਰਤਪਾਲ ਦਾ ਇਸ ਤੋਂ ਪਹਿਲਾਂ ਕਿਸੇ ਵੀ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਡੇਰੇ ਤੇ ਲੁਕੇ ਹੋਣ ਬਾਰੇ ਪੁਲਿਸ ਨੂੰ ਸ਼ੰਕੇ ਜਾਰ ਹੋ ਚੁੱਕੇ ਸੀ ਅਮਰਤਪਾਲ ਦਾ ਸ਼੍ਰੀ ਕਾਲ ਤਕ ਸਾਹਿਬ ਜਾਂ ਦਮ ਨਮਾ ਸਾਹਿਬ ਤੋਂ ਵਿਸਾਖੀ ਦੇ ਮੌਕੇ ਗ੍ਰਿਫਤਾਰੀ ਦੇਣ ਦੀਆਂ ਪੁਲਿਸ ਪ੍ਰਸ਼ਾਸਨ ਦੀਆਂ ਲੰਬੀਆਂ ਤਿਆਰੀਆਂ ਕੀਤੀਆਂ ਸੰਤ ਵਿਸਾਖੀ ਤੋਂ ਬਾਅਦ ਦਿੱਨਾ ਸਥਾਨਾ ਦੇ ਪੁਲਿਸ ਚ ਪਹਿਰੇ ਤੇ ਘੱਟ ਕਰ ਦਿੱਤਾ ਗਿਆ ਸੀ ਅਮਰਤਪਾਲ ਤੇ ਕਾਰਵਾਈ ਨੂੰ ਲੈ ਕੇ ਪਰਿਵਾਰ ਤੋਂ ਮਤਭੇਦ ਮਾਤਾ ਪਿਤਾ ਤੇ ਚਾਚੇ ਦੇ ਵੱਖੋ ਵੱਖਰੇ ਬਿਆਨਾਂ ਮਾਂ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਨੇ ਸਰੈਂਡਰ ਕਰ ਦਿੱਤਾ ਦੂਜੇ ਪਾਸੇ ਉਸਤੇ ਚਾਚੇ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਨਾਲ ਹੀ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਦੇ ਲੜਕੇ ਨੂੰ ਝੂਠੇ ਕਿਸਾਨ ਚ ਪਸਾਉਣਾ ਚਾਹੁੰਦੀ ਅਸੀਂ ਜਲਦੀ ਹੀ ਆਪਣੇ ਪੁੱਤਰ ਨੂੰ ਮਿਲਣ ਦੇ ਲਈ ਅਸਾਮ ਜਾਵਾਂਗੇ ਉਹਨਾਂ ਨੇ ਕਿਹਾ ਕਿ ਸਰੈਂਡਰ ਕਰਨ ਤੋਂ ਪਹਿਲਾਂ ਅਸੀਂ ਖੀ ਜੀਵਨ ਬਤੀਤ ਕਰਨ ਵਾਲੇ ਸਾਡੇ ਪੁੱਤਰ ਨੇ ਇਸ਼ਨਾਨ ਕੀਤਾ ਪੰਜ ਬਾਣੀਆਂ ਦਾ ਪਾਠ ਕੀਤਾ ਤੇ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਉਸ ਤੋਂ ਬਾਅਦ ਸਰੈਂਡਰ ਕੀਤਾ ਦੂਜੇ ਪਾਸੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਸ ਦੇ ਜਾਚ ਨੇ ਕਿਹਾ ਕਿ ਉਹਨਾਂ ਨੂੰ ਸਵਾ 7 ਪਤਾ ਲੱਗਾ ਕਿ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿੱਖਾਂ ਦੇ ਜ਼ਬਰਟਾਉਣ ਵਾਲੀ ਹਕੂਮਤ ਦਾ ਚਿਹਰਾ ਨੰਗਾ ਕਰਨ ਵਾਸਤੇ 1 ਮਹੀਨੇ ਤੱਕ ਸਰੈਂਡਰ ਨਹੀਂ ਕੀਤਾ ਅਮਰਤਪਾਲ ਸਿੰਘ ਸਿੱਖਾਂ ਦੇ ਜ਼ਬਰਟਾਉਣ ਵਾਲੀ ਹਕੂਮਤ ਦਾ ਚਿਹਰਾ ਨੰਗਾ ਕਰਨ ਵਾਸਤੇ 1 ਮਹੀਨੇ ਤੱਕ ਸਰੈਂਡਰ ਨਹੀਂ ਕੀਤਾ ਸੋਵਾਰਸ ਪੰਜਾਬ ਦੇ ਦੇ ਮੁਖੀ ਅਮਰਤਪਾਲ ਸਿੰਘ ਨੇ ਸਰੈਂਡਰ ਕਰਨ ਤੋਂ ਪਹਿਲਾਂ ਗੁਰਦੁਆਰਾ ਜਨਮ ਸਥਾਨ ਖਾਲਸਾ ਪਿੰਡ ਰੋਡ ਦੇ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਹਕੂਮਤ ਨੇ ਸਿੱਖਾਂ ਤੇ ਜ਼ਬਰ ਢਾਇਆ ਉਹਨਾਂ ਨੇ ਕਿਹਾ ਕਿ ਸਰੈਂਡਰ ਦੇ ਕਈ ਤਰੀਕੇ ਸਨ ਪਰ ਇੱਕ ਮਹੀਨੇ ਵਿੱਚ ਹਕੂਮਤ ਦਾ ਚਿਹਰਾ ਸਾਰੀ ਦੁਨੀਆ ਦੇ ਵਿੱਚ ਨੰਗਾ ਹੋ ਗਿਆ ਹੈ ਤੇ ਕਿਵੇਂ ਸਿੱਖ ਨੌਜਵਾਨਾਂ ਦੇ ਝੂਠੇ ਪਰਚੇ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਉਹ ਕਾਲਪੁਰਖ ਦੀ ਕਚੈਰੀ ਵਿੱਚ ਅਸੀਂ ਦੋਚੀ ਨਹੀਂ ਦੁਨਿਆਵੀ ਕਚੈਰੀ ਵਿੱਚ ਦੋਚੀ ਹੋ ਸਕਦੇ ਇੱਕ ਮਹੀਨੇ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਧਰਤੀ ਤੇ ਲੜੇ ਹਾਂ ਧਰਤੀ ਤੇ ਹੀ ਲੜਾਂਗੇ ਜਿਹੜੇ ਝੂਠੇ ਕੇ ਸਾਡੇ ਤੇ ਪਏ ਨੇ ਇਹਨਾਂ ਦਾ ਸਾਹਮਣਾ ਅਦਾਲਤਾਂ ਵਿੱਚ ਕਰ ਲਵਾਂਗੇ ਉਹਨਾਂ ਨੇ ਕਿਹਾ ਕਿ ਸੰਗਤਾਂ ਦੀਆਂ ਅਰਦਾਸਾਂ ਤੋਂ ਬਿਨਾਂ ਇੰਨੀ ਸੁਰੱਖਿਆ ਵਿੱਚੋਂ ਜਾਣਾ ਸੰਭਵ ਨਹੀਂ ਤੇ ਨਾ ਹੀ ਸੰਕਾਂਦੀਆਂ ਅਰਦਾਸਾਂ ਤੋਂ ਬਿਨਾਂ ਇੱਕ ਮਹੀਨਾ ਰੂਪ ਪੋਸ਼ ਹੋਣਾ ਸੰਭਵ ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਅੰਤ ਨਹੀਂ ਬਲਕਿ ਸ਼ੁਰੂਆਤ ਹੈ ਉਹਨਾਂ ਨੇ ਕਿਹਾ ਕਿ ਜੋ ਝੂਠ ਦਾ ਪਲੰਡਾ ਸਾਡੇ ਖਿਲਾਫ ਸਿਰਜਿਆ ਗਿਆ ਇਸ ਨੂੰ ਸਤ ਗੁਰੂ ਛੇਤੀ ਹੀ ਭੰਨਣਗੇ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਪਰੇਸ਼ਨ ਬਾਰੇ ਦਿੱਤੀ ਜਾਣਕਾਰੀ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਵਾਸੀਆਂ ਦੇ ਨਾਲ ਸਨੇਹ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਜਾਣਕਾਰੀ ਉਹਨਾਂ ਨੂੰ ਕੱਲ ਰਾਤ ਮਿਲ ਗਈ ਸੀ ਜਿਸ ਕਾਰਨ ਉਹ ਸਾਰੀ ਰਾਤ ਨਹੀਂ ਸੁੱਤੇ ਹਰ 15 ਮਿੰਟ ਬਾਅਦ ਪੁਲਿਸ ਦੇ ਵੱਡੇ ਅਫਸਰਾਂ ਨਾਲ ਗੱਲਬਾਤ ਕਰਦੇ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਡੀਜੀਪੀ ਨੂੰ ਪੂਰੇ ਸੰਜਮ ਨਾਲ ਕੰਮ ਲੈਣ ਲਈ ਆਖਿਆ ਸੀ ਮਾਨ ਨੇ ਗਾਇ ਕਿ ਪੰਜਾਬ ਚ ਪਾਈਚਾਰ ਕਿਸਾਨ ਚ ਨੂੰ ਤੋੜਨ ਲਈ ਕੁੱਝ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਜਿਨ੍ਹਾਂ ਤੇ ਸਰਕਾਰ ਨੇ ਐਕਸ਼ਨ ਲੈਂਦਾ ਸਖਤ ਕਾਰਵਾਈ ਕੀਤੀ ਹੈ ਇਸ ਕਾਰਵਾਈ ਦੌਰਾਨ 18 ਮਾਰਚ ਨੂੰ ਕੁੱਝ ਲੋਕ ਫੜੇ ਗਏ ਤੇ ਕੁੱਝ ਫਰਾਰ ਹੋ ਗਏ ਜੇਕਰ ਪੂਸ ਚਾਂਦੀ ਤਾਂ ਉਸ ਦਿਨ ਗ੍ਰਿਫਤਾਰ ਕਰ ਲੈਂਦੀ ਪਰ ਅਸੀਂ ਨਹੀਂ ਚਾਹੁੰਦੇ ਸੀ ਕਿ ਇਸ ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦਾ ਵੀ ਖੂਨ ਖਰਾਬਾ ਹੋਵੇ ਇਸੇ ਦਾ ਨਤੀਜਾ ਹੈ ਕਿ ਬਿਨਾ آپریشن ਦੇ ਸਾਰਾ ਕੁਝ ਹੋ ਗਿਆ